This show is sponsored by Ashoka Tandoori Range. Enjoy the Indian taste. न्यूज़ ओनली वेख रहे सारे ही स्रोतियां नूं प्यार भरी सत श्री अकाल। मैं सतविंदर रंधावा, पंजाब अपडेट दे विच तुहाडा स्वागत है। सब तो पहला रुख करदे हां अज दीआं सुरखियां वाला। मास्क ना पाउण वालिआं तों मुख्यमंत्री होए नाराज़। मुख्यमंत्री कैप्टन अमरिंदर सिंह ने दित्ती सख्त प्रतिक्रिया। कोरोना दे वध रहे मामलिआं ते प्रगट कीती चिंता। गिदड़बाज मुकम्मल बंद दौरान भी खुले शराब के ठेके। अमन अरोड़ा ने पंजाब सरकार से दी सख्त प्रतिक्रिया। अमरिंदर राजा वड़िंग ने भी केंद्र सरकार से किए शब्दी वार। रवनीत बिट्टू के पड़के भाई बलजीत सिंह दादूवाल। दादूवाल ने बिट्टू नूं दिता मोड़वा जवाब। कहा किसी सिख खिलाफ कोई गैर सिख बोले कदी नहीं करांगे बर्दाश्त। प्यो पुत ने परिवारक कलेश तो तंग आ की खुदकुशी की कोशिश। जहरीली चीज खाण नाल प्यो की मौत, पुत जेरे इलाज। यूनिवर्सिटियां ते कॉलेजां दे विद्यार्थियों लई वड्डी खबर। पंजाब सरकार ने 15 जुलाई तक प्रीख्यावां कीतियां मुलतवी। ते हुण खबरां विस्थार नाल। पंजाब विच कोरोना वायरस के मामले लगातार वधदे जा रहे हैं। इसनों देखदियां पंजाब विच पुलिस प्रशासन वालों मास्क ना पाउण वालिआं ते सख्त प्रतिक्रिया की जा रही है, जिसनों लैके सूबे के मुख्यमंत्री पंजाब कैप्टन अमरिंदर सिंह नाराज़ दिखाई दे रहे हैं। दरअसल उन्हां अपने प्रोग्राम आस्क कैप्टन विच मास्क ना पाउण वालिआं ते चिंता प्रगट की है कि 4000 ते 24 बंदे नूं चलान किया गया है कि अपने मास्क नहीं पाए। 45 ਨੂੰ ਕੀਤਾ ਹੈ ਕਿ ਤੁਸੀਂ ਥੁੱਕਦੇ ਹੋ ਪਬਲਿਕ ਪਲੇਸ 'ਚ। ਤੁਹਾਨੂੰ ਪਤਾ ਹੈ ਕਿ ਥੁੱਕ ਨਾਲ ਹੀ ਅੱਗੇ ਫੈਲਣਾ ਇਹ ਬਿਮਾਰੀ ਜਿਹੜੀ ਹੈਗੀ। ਔਰ ਸੋਸ਼ਲ ਡਿਸਟੈਂਸਿੰਗ ਕਰਨ ਵਾਸਤੇ 39 ਬੰਦਿਆਂ ਨੂੰ ਦਾ ਚਲਾਨ ਹੋਇਆ। ਉਹਨਾਂ ਦਾ ਫਾਇਦਾ ਕੀ ਹੈ? ਪਹਿਲਾਂ ਤਾਂ ਤੁਹਾਡਾ ਚਲਾਨ ਹੁੰਦਾ ਹੈ, ਤੁਹਾਨੂੰ ਪੈਸੇ ਦੇਣੇ ਪੈਣਗੇ। ਦੂਸਰਾ, ਤੁਸੀਂ ਇਹ ਬਿਮਾਰੀ ਲੈ ਸਕਦੇ ਹੋ, ਜਾਂ ਅਗਰ ਤੁਹਾਨੂੰ ਹੈ ਤਾਂ ਤੁਸੀਂ ਫੈਲਾ ਸਕਦੇ ਹੋ। ਤੁਸੀਂ ਹੋਰਾਂ ਨੂੰ ਦੇ ਸਕਦੇ ਹੋ, ਆਪਣੇ ਮੁਹੱਲੇ ਦੇ ਵਿੱਚ, ਨਾਲ ਦੇ ਘਰਾਂ ਦੇ ਵਿੱਚ, ਨਾਲ ਦੇ ਗੁਆਂਢੀਆਂ ਦੇ ਘਰਾਂ ਦੇ ਵਿੱਚ, ਆਪਣੇ ਆਪਣੇ ਘਰ ਦੇ ਵਿੱਚ ਇਹ ਗੱਲਾਂ ਤੁਸੀਂ ਇਹ ਹੋ ਸਕਦੀਆਂ ਨੇ, ਜਿਹਦੇ ਨਾਲ ਤੁਹਾਡੀ ਬਿਮਾਰੀ ਤੁਹਾਡੇ ਪਰਿਵਾਰ ਦੇ ਵਿੱਚ ਲੱਗ ਜੇ। ਤੋ ਇਹ ਇੱਕ ਮੈਂ ਇਹਨੂੰ ਐਂਟੀ ਸੋਸ਼ਲ ਗੱਲ ਕਰਦਾ, ਇਹ ਨਹੀਂ ਆਪਾਂ ਨੂੰ ਕਰਨੀ ਚਾਹੀਦੀ। ਪੰਜਾਬ ਨੂੰ ਅਗਰ ਬਚਾਉਣਾ ਹੈ, ਆਂਕੜੇ ਜਾ ਰਹੇ ਨੇ, ਵੱਧ ਰਹੇ ਨੇ, ਆਹ ਦੇਖ ਲਓ ਮੇਰੇ ਆਂਕੜੇ। ਜਿਹੜੇ ਪਹਿਲਾਂ ਆਪਣੇ ਪੰਜਾਬ ਦੇ ਵਿੱਚ ਹੁੰਦੇ ਸੀ 14-15-20 ਤੱਕ, ਤੋ ਉਹ ਹੁੰਦਾ ਸੀ ਦੋ ਕਾਰਨ ਸੀ ਉਹਦੇ। ਇੱਕ ਤਾਂ ਔਰ ਮੇਜਰ ਕਾਰਨ ਇਹ ਸੀ ਕਿ ਸਾਡੀ ਟੈਸਟਿੰਗ ਬੜੀ ਘੱਟ ਹੁੰਦੀ ਸੀ ਉਦੋਂ। ਸਾਡੇ 700 ਤੋਂ ਸ਼ੁਰੂ ਕੀਤਾ, ਫਿਰ ਅਸੀਂ 2200 'ਤੇ ਪਹੁੰਚੇ, ਫਿਰ ਅਸੀਂ ਹੁਣ ਇਸ ਵੇਲੇ 10,000 ਦੇ ਕਰੀਬ ਸਾਡੀ ਟੈਸਟਿੰਗ ਹੋ ਰਹੀ ਹੈ। ਤੋ ਜਿਉਂ ਜਿਉਂ ਟੈਸਟਿੰਗ ਵੱਧਦੀ ਜਾਂਦੀ ਹੈ ਤਾਂ ਆਂਕੜੇ ਤੁਹਾਡੇ ਵੱਧਦੇ ਜਾ ਰਹੇ ਨੇ, ਲੇਕਿਨ ਫਿਰ ਵੀ 128 ਨੇ ਇਹ ਅੱਜ ਦੇ ਆਂਕੜੇ ਨੇ ਕਿ 128 ਬੰਦਿਆਂ ਨੂੰ ਆਪਾਂ ਨੂੰ ਨਵੇਂ ਟੈਸਟਿੰਗ ਦੇ ਵਿੱਚੋਂ ਕਨਫਰਮਡ ਕੇਸ ਨਿਕਲੇ ਨੇ। ਟੈਸਟਿੰਗ ਬਹੁਤ ਹੋਈ ਹੈ, ਲੇਕਿਨ 128 ਵੀ ਕੋਈ ਛੋਟਾ ਨੰਬਰ ਨਹੀਂ। ਅੱਜ ਤੱਕ ਪੂਰੇ ਜਿਹੜੇ ਸਾਡੇ ਕਰੋਨਾ ਦੇ ਕੇਸ ਨਿਕਲੇ ਨੇ ਉਹ ਹੈ 4,957 ਕੇਸ। ਉਹਦੇ ਵਿੱਚੋਂ 3,200 ਕੇਸ ਡਿਸਚਾਰਜ ਹੋ ਗਏ, ਆਪਣੀ ਉਹਨਾਂ ਦਾ ਇਲਾਜ ਹੋ ਗਿਆ ਔਰ ਉਹ ਘਰੇ ਚਲੇ ਗਏ ਵਾਪਸ। ਫਿਰ ਵੀ 1610 ਕੇਸ ਹਾਲੇ ਆਪਣੇ ਸਟੇਟ ਦੇ ਵਿੱਚ ਪਏ ਨੇ। ਕੋਰੋਨਾ ਮਹਾਮਾਰੀ ਕਾਰਨ ਪੰਜਾਬ ਅੰਦਰ ਬੱਸ ਸਰਵਿਸ ਪਹਿਲਾਂ ਨਾਲੋਂ ਅੱਧੀ ਰਹਿ ਗਈ ਹੈ, ਪਰ ਹੁਣ ਆਉਣ ਵਾਲੇ ਕੁਝ ਦਿਨਾਂ 'ਚ ਬੱਸ ਸਰਵਿਸ ਮੁੜ ਤੋਂ ਬਹਾਲ ਹੋ ਸਕਦੀ ਹੈ। ਦਰਅਸਲ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਜਾਜ਼ਤ ਦੇ ਦਿੱਤੀ ਗਈ ਹੈ ਕਿ ਬੱਸਾਂ ਵਿੱਚ ਮੁੜ ਤੋਂ ਪੂਰੀਆਂ ਸਵਾਰੀਆਂ ਜਾ ਸਕਦੀਆਂ ਨੇ, ਪਰ ਸ਼ਰਤ ਇਹ ਹੋਵੇਗੀ ਕਿ ਹਰ ਸਵਾਰੀ ਨੂੰ ਮਾਸਕ ਪਾਉਣਾ ਲਾਜ਼ਮੀ ਹੋਵੇਗਾ। ਤੌਰ 'ਤੇ ਪਿੰਡਾਂ ਤੋਂ ਲਿਜਾਂਦੀਆਂ ਨੇ ਪਾਤੜਾਂ ਔਰ ਉੱਥੋਂ ਵੱਡੀਆਂ ਬੱਸਾਂ ਅੱਗੇ ਲੈ ਜਾਂਦੀਆਂ ਨੇ। ਇਹ ਇਸ ਲਈ ਮੇਰਾ ਖਿਆਲ ਨਹੀਂ ਚੱਲ ਰਹੀਆਂ ਕਿਉਂਕਿ ਪੈਟਰੋਲ ਹੋ ਗਿਆ ਬਹੁਤ ਮਹਿੰਗਾ, ਡੀਜ਼ਲ ਹੋ ਗਿਆ ਬਹੁਤ ਮਹਿੰਗਾ। ਔਰ ਅਸੀਂ ਸੋਸ਼ਲ ਡਿਸਟੈਂਸਿੰਗ ਰੱਖੀ ਸੀ ਕਿ ਅੱਧੇ ਬੰਦੇ ਆ ਸਕਦੇ ਨੇ ਔਰ ਫਾਸਲਾ ਛੱਡਣਾ ਚਾਹੁੰਦੇ ਔਰ ਉਹਨਾਂ ਨੂੰ ਪੁੱਗਦਾ ਨਹੀਂ ਹੋਣਾ ਉਹਨਾਂ ਬੱਸਾਂ ਕਰਨ ਜਿਹੜੇ ਮਿੰਨੀ ਬੱਸਾਂ ਚੜਾਉਂਦੇ ਨੇ। ਇਸ ਕਰਕੇ ਇਸ ਜਿਹੜੀ ਰੁਕਾਵਟ ਸੀ ਇਸ ਨੂੰ ਮੈਂ ਹਟਾ ਰਿਹਾ। ਅੱਜ ਤੁਸੀਂ ਜਿਹੜੇ ਮਿੰਨੀ ਬੱਸਿਸ ਹੋਣ ਜਾਂ ਵੱਡੀਆਂ ਬੱਸਾਂ ਹੋਣ, ਇੱਕ ਸ਼ਰਤ 'ਤੇ ਕਿ ਕੋਈ ਬੰਦਾ ਬੱਸ 'ਚ ਨਹੀਂ ਚੜੂਗਾ ਜਦ ਤਾਈਂ ਮਾਸਕ ਨਹੀਂ ਪਾਉਂਦਾ। ਮਾਸਕ ਪਾਓ, ਬੱਸਾਂ ਚੜ੍ਹੋ, ਮਿੰਨੀ ਬੱਸਿਸ ਵੀ ਚੱਲਣਗੀਆਂ ਜਦੋਂ ਫੁੱਲ ਪੂਰੀਆਂ ਭਰੀਆਂ ਹੋਣਗੀਆਂ ਔਰ ਵੱਡੀਆਂ ਬੱਸਾਂ ਵੀ ਚੱਲਣਗੀਆਂ ਔਰ ਇਹ ਬੱਸ ਫਿਰ ਥੋੜ੍ਹੇ ਚੱਲਣ ਲੱਗ ਜਾਣਗੇ। ਲੇਕਿਨ ਤੁਸੀਂ ਆਪਣੇ ਮਾਸਕ ਪਾ ਕੇ ਉਹ ਬੱਸਾਂ ਦੇ ਵਿੱਚ ਬਹਿਣਾ। ਔਰ ਹੁਣ ਅਸੀਂ ਚੱਕਦੇ ਹਾਂ ਜਿਹੜਾ ਬੈਨ ਸੀਗਾ ਔਰ 50% ਰੱਖਦੇ ਸੀ, ਉਹ ਨਹੀਂ ਰੱਖਾਂਗੇ, ਨਾ ਛੋਟੇ ਬੱਸਾਂ 'ਚ, ਨਾ ਵੱਡੀਆਂ ਮਿੰਨੀ ਬੱਸਾਂ 'ਚ, ਜਾਂ ਵੱਡੀਆਂ ਬੱਸਾਂ 'ਚ 100% ਉੱਥੇ ਜਾ ਸਕਣਗੇ ਆਪਣੇ ਜਿਹੜੇ ਮੁਸਾਫਰ ਨੇ।
लेकिन एको ही कंडीशन है कि मास्क पा के। पंजाब की सियासत आए दिन किसी ना किसी मुद्दे से विवाद खड़ा होता रहता है। इस चलद हूँ एक बार फिर पंजाब के मुख्यमंत्री कैप्टन अमरिंदर सिंह विरुद्ध आम आदमी पार्टी के सीनियर आगू अमन अरोड़ा ने मोर्चा खोल दिता है। दरअसल अमन अरोड़ा वालों गिदड़वाह सामने आए कोरोना पॉजिटिव केसा तो बाद किए गए लॉकडाउन लैके सख्त प्रतिक्रिया दी गई है। वेखते हैं इस खास रिपोर्ट के। देखो एक बार फिर तो पंजाब सरकार की शराब के कारोबार प्रति कमिटमेंट वो एक बार दोबारा फिर सामने आई है। कल पंजाब सरकार ने गिदड़वाह दे विच 11 केसिज आने की वजह करके गिदड़वाह दे विच कंप्लीट लॉकडाउन है जिहड़ा वो 3 दिन दे लई डिक्लेयर किया है और उस दे विच सिर्फ 3 चीज़ों नू अलाउ किया गया जिस दे विच मेडिकल शॉप्स यानी कैमिस्ट हॉस्पिटल और शराब के ठेके। सो इस चीज़ तो पता लग जाता है कि कैप्टन अमरिंदर सिंह की सरकार शराब के कारोबारियों प्रति शराब के ठेकेदार प्रति कितना सुहिरद है। मैं समझता कि अज पंजाब नू ते पंजाब दे लोकां नू अजिहे माइंडसैट वाली सरकार तो परमात्मा ही बचावे। सूबे अंदर कोरोना महामारी का अंत तक लगातार बढ़ता ही जा रहा है। इसनों लैके पंजाब दे विच वीकेंड लॉकडाउन भी किया गया जिसते मुख्यमंत्री कैप्टन अमरिंदर सिंह विरुद्ध सख्त बयानबाजियां भी की जा रही ने। इस दे चलदियां हुण गिदड़बाह हल्के विच कोरोना के ज़्यादा मामले सामने आने मुकम्मल बंद कर दिया गया पर पंजाब सरकार वालों हस्पतालों के नाल नाल शराब के ठेके खोलन की इजाजत दी गई है जिसनों लैके आम आदमी पार्टी के सीनियर नेता अमन अरोड़ा ने सख्त प्रतिक्रिया दी है। अमन अरोड़ा का कहना है कि यह साफ हो गया कि पंजाब सरकार की शराब के कारोबारियों लिए कितनी सुहिरद है। देखो एक बार फिर तो पंजाब सरकार की शराब के कारोबार प्रति कमिटमेंट वो एक बार दोबारा फिर सामने आई है। कल पंजाब सरकार ने गिदड़वाह दे विच 11 केसिज आने की वजह करके गिदड़वाह दे विच कंप्लीट लॉकडाउन है जिहड़ा वो 3 दिन दे लई डिक्लेयर किया है और उस दे विच सिर्फ 3 चीज़ों नू अलाउ किया गया जिस दे विच मेडिकल शॉप्स यानी कैमिस्ट हॉस्पिटल और शराब के ठेके। सो इस चीज़ तो पता लग जाता है कि कैप्टन अमरिंदर सिंह की सरकार शराब के कारोबारियों प्रति शराब के ठेकेदार प्रति किन्ना सुहिरद है किन्ना ख्याल रखना चाहती उन्होंने किन्नी हाई प्रायोरिटी के उपर ने शराब के ठेके कि वह शराब जिहड़ी के पिछले दिनों दे विच जिस शराब माफिया ने पंजाब सरकार दी चूला हिला के रख दित्तियां पंजाब सरकार दी कैबिनेट दे विच पुआड़े पुआ दित्ते ते उस तो बाद भी अज कैप्टन अमरिंदर सिंह जी दा ए मैसेज के चाहे सब्जी दियां दुध दियां राशन दियां किताबां दियां दुकानां खुलन ना खुलन पर गिदड़वाह दे विच शराब दे ठेके ने जिहड़े ओह खुले रहणगे। कैप्टन साहब मैसेज इह देणा चाहुंदे ने कि पंजाब दे लोकां नूं कि 3 दिन तुसीं रोटी बिना राशन बिना तां भुखे रह सकदे हो पर शराब बिना नहीं रहा जा सकदा हैगा। सो इस चीज़ नूं मैं समझदा कि अज पंजाब नूं ते पंजाब दे लोकां नूं अजिहे माइंडसैट वाली सरकार तों परमात्मा ही बचावे क्योंकि ओह कैप्टन अमरिंदर सिंह जिन्हां ने नशे खत्म की गल कर दी गल की सी अज वो किन्नी हाई प्रायोरिटी शराब नूं दित्ती जा रही है इस तों जग ज़ाहर हुंदा। इधर दूजे पासे जदों गिदड़बाह के स्थानक विधायक अते कांग्रेस पार्टी के सीनियर आगू अमरिंदर सिंह राजा वड़िंग नाल इस मसले ते साडे सीनियर पत्रकार सतविंदर सिंह वालों खास गलबात की गई तो उन्होंने कहा कि हाँ जी हाँ जी जो जानकारी मिली उन्होंने आख्या कि फिर यह रिबेट मांगते हैं रिबेट हाँ जी आफ्टर दैट दे विल से कि असि इन्ने दिन लॉकडाउन होए हैं तो सानू सरकारी चीज नू भरन वास्ते सानू फिर जिहड़ी हैगी है गवर्नमेंट है रिबेट देवे ठीक है जी जो क्योंकि पिछली बारी इन्होंने कुछ दिनों का जिन्ना चिर लॉकडाउन रहा कुछ शराब देती ना दी लेकिन उरा फिर गवर्नमेंट ऑफिशियली कोर्ट रिबेट क्लेम किया चीजा बंद सी हाँ जी सो मेनू लगता इस करके गवर्नमेंट ने उहदे ते तवज्जो नहीं दी। ओके जी ते जिहड़े केसिस लगातार वधदे जा रहे ने इक चिंताजनक विशा भी है गिदड़बाह दे विच है ना क्योंकि लगातार केसिस अज वध रहे ने ते उस दे उत्ते तुहानूं की लगदा है कि कुछ होर सख्ताई करनी चाहीदी है इलाके दे विच ते अपने वल्लों की कुछ उपराला किया जा रहा है। मैनूं लगदा जी सारी एडमिनिस्ट्रेशन लगी हुई है जी सो नो केसिस आए थे जी असि प्रोटेक्ट ट्रेसेस कर रहे हैं उन्होंने सारे दे सारे हाँ जी असि ऑन
ਸੈਨੀਟਾਈਜ਼ ਕੀਤਾ ਹੈ, 3 ਦਿਨਾਂ ਦਾ ਲੋਕਡਾਊਨ ਕੀਤਾ ਹੈ। ਹਾਂਜੀ, ਅੱਜ ਸਾਡੇ ਕੁਝ ਰਿਜ਼ਲਟ ਪੈਂਡਿੰਗ ਹੈਗੇ ਆ, ਔਰ ਅਗਰ ਉਹ ਰਿਜ਼ਲਟ ਸਾਡੇ ਮਤਲਬ ਕਿ ਕਿੱਦਾਂ ਆਉਂਦੇ ਆ, ਉਸ ਤੋਂ ਬਾਅਦ ਅਗਲੀ ਜਿਹੜੀ ਰਣਨੀਤੀ ਉਹ ਤੈਅ ਹੋਏਗੀ। ਇਸ ਕਰਕੇ ਲੋਕਡਾਊਨ ਕੀਤਾ ਸੀ ਕਿ ਕੇਸਿਸ ਵਧਣ, ਹਾਂਜੀ, ਤਾਂ ਜੋ ਜਿਹੜੀ ਚੇਨ ਹੈ ਉਹ ਟੁੱਟ ਜਾਏ ਲੋਕਡਾਊਨ ਦੇ। ਰਾਈਟ, ਹਾਂਜੀ ਜੀ। ਵੜਿੰਗ ਸਾਹਿਬ, ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਜਿਹੜੀ ਟੈਸਟਿੰਗ ਇਸ ਵੇਲੇ ਹੋ ਰਹੀ ਹੈ ਉਹ ਟੈਸਟਿੰਗ ਕਿਤੇ ਨਾ ਕਿਤੇ ਕਮਜ਼ੋਰ ਵੀ ਹੈ, ਕਿਉਂਕਿ ਹੁਣ ਟੈਸਟਿੰਗ ਵਧਣ ਲੱਗੀ ਹੈ ਤੇ ਵੱਧ ਕੇਸਿਸ ਵੀ ਸਾਹਮਣੇ ਆ ਰਹੇ ਨੇ? ਕੀ ਲੱਗਦਾ ਤੁਹਾਨੂੰ? ਤੁਹਾਡੀ ਕੀ? ਕੋਈ ਗੱਲ ਨਹੀਂ ਹੈ ਜੀ, ਦੇਸ਼ ਦੇ ਪ੍ਰਧਾਨ ਮੰਤਰੀ ਨੇ ਸਾਡੇ ਸਿਸਟਮ ਤੇ ਮੋਹਰ ਲਾ ਦਿੱਤੀ ਹੈ, ਜਿਹੜਾ ਕਿ ਆਪੋਜੀਸ਼ਨ ਪਾਰਟੀ ਦਾ ਹਾਂਜੀ ਵਿਰੋਧੀ ਹੈ, ਹਾਂਜੀ ਹਮੇਸ਼ਾ ਨੁਕਤਾਚੀਨੀ ਕਰਦੇ ਰਹਿੰਦੇ ਹੈ। ਹਾਂਜੀ, ਉਹਨਾਂ ਨੇ ਤਮਾਮ, ਕਿਉਂਕਿ ਉਹਨਾਂ ਦੀ ਨਜ਼ਰ ਦੇ ਥੱਲੇ ਅਸੀਂ ਲੋਕ, ਹਾਂਜੀ, ਉਹਨਾਂ ਨੂੰ ਪਤਾ ਹੈ ਕਿ ਟੈਸਟ ਕਿੰਨੀ ਹੋ ਰਹੀ ਹੈ, ਟੈਸਟਿੰਗ ਜਾਂ ਨਹੀਂ ਹੋ ਰਹੀ, ਦੂਜੇ ਸੂਬੇ ਚ ਕਿੰਨੀ ਹੋ ਰਹੀ ਹੈ। ਹਾਂਜੀ, ਲੇਕਿਨ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਫੋਲੋ ਪੰਜਾਬ ਗਵਰਨਮੈਂਟ, ਕੈਪਟਨ ਅਮਰਿੰਦਰ ਸਿੰਘ, ਹਾਂਜੀ, ਜੋ ਕਰ ਰਹੇ ਉਹਨੂੰ ਫੋਲੋ ਕਰੋ। ਸੋ ਮੈਨੂੰ ਲੱਗਦਾ ਨਹੀਂ ਵੀ ਉਸ ਤੋਂ ਬਾਅਦ ਕੋਈ ਸ਼ੱਕ ਸ਼ੁਬਾ ਦੀ ਗੱਲ ਰਹਿ ਜਾਂਦੀ ਹੈ। ਸੋ ਮੈਨੂੰ ਲੱਗਦਾ ਕਿ ਪੰਜਾਬ ਸਰਕਾਰ ਬੈਸਟ ਐਫਰਟ ਕਰ ਰਹੀ ਹੈ, ਰਾਈਟ, ਔਰ ਪੂਰੇ ਦੇਸ਼ ਚੋਂ ਨੰਬਰ 1 ਜਿਹੜਾ ਕੋਵਿਡ ਨੂੰ ਸੰਭਾਲਣ ਦੇ ਵਿੱਚ, ਜਿਵੇਂ ਕਿ ਪ੍ਰਧਾਨ ਮੰਤਰੀ ਨੇ ਕਿਹਾ, ਮੈਨੂੰ ਲੱਗਦਾ ਕਿ ਸਾਨੂੰ ਇਸ ਗੱਲ ਦਾ ਸਿਹਰਾ ਜਾਂਦਾ ਪੰਜਾਬ। ਵੜਿੰਗ ਸਾਹਿਬ, ਇੱਕ ਹੋਰ ਪ੍ਰੋਬਲਮ ਆ ਰਹੀ ਹੈ, ਲਗਾਤਾਰ ਜਿਹੜੇ ਪੈਟਰੋਲ ਡੀਜ਼ਲ ਦੇ ਕੀਮਤਾਂ ਵੱਧ ਰਹੀਆਂ ਨੇ, ਲੋਕਾਂ ਵੱਲੋਂ ਵੀ ਕਾਫੀ ਰੋਸ ਜਤਾਇਆ ਜਾ ਰਿਹਾ, ਕਿਉਂ ਇਸ ਮਤਲਬ ਕੱਚੇ ਤੇਲ ਦਾ ਜਿਹੜਾ ਕੀਮਤ ਹੈ ਕੌਮਾਂਤਰੀ ਪੱਧਰ ਤੇ ਉਹ ਬਿਲਕੁਲ ਸਿਫਰਾਂ ਦੇ ਵਿੱਚ ਆ, ਮਾਈਨਸ ਦੇ ਵਿੱਚ ਆ, ਤੇ ਹੁਣ ਜਿਹੜਾ ਪੈਟਰੋਲ ਡੀਜ਼ਲ ਦੀ ਕੀਮਤ ਹੈ, ਹਾਲਾਂਕਿ ਦਿੱਲੀ ਦੇ ਵਿੱਚ ਡੀਜ਼ਲ ਪੈਟਰੋਲ ਤੋਂ ਉੱਤੇ ਚਲਾ ਗਿਆ ਜੀ, ਤੇ ਮੈਂ ਪੁੱਛਣਾ ਚਾਹੁੰਦਾ ਤੁਹਾਡੇ ਤੋਂ ਕਿ ਬਈ ਕੀ ਰੀਜ਼ਨ ਹੈ, ਤੁਹਾਡੀ ਕੀ ਪ੍ਰਤੀਕਿਰਿਆ ਇਸ ਦੇ ਉੱਤੇ? ਰੀਜ਼ਨ ਕੋਈ ਨਹੀਂ, ਦੇਸ਼ ਦੇ ਪ੍ਰਧਾਨ ਮੰਤਰੀ, ਦੇਸ਼ ਦੇ ਹਿੰਦੁਸਤਾਨ ਦੀ ਸਰਕਾਰ, ਹਿੰਦੁਸਤਾਨ ਦੇ ਲੋਕਾਂ ਨੂੰ ਬੇਵਕੂਫ ਬਣਾ ਰਹੀ ਹੈ। ਸਾਨੂੰ ਇੰਟਰਨੈਸ਼ਨਲ ਮਾਰਕੀਟ ਦੇ ਨਾਲ ਜੋੜ ਦਿੱਤਾ ਗਿਆ ਸੀ, ਹਾਂਜੀ, ਦੇਸ਼ ਜੋ ਭਾਅ ਵੱਧਦੇ ਸੀ ਉਹ ਭਾਅ ਵੱਧਦਾ ਸੀ, ਭਾਅ ਘੱਟਦੇ ਸੀ ਉਹ ਭਾਅ ਘੱਟਦਾ ਸੀ। ਹਾਂਜੀ, ਸੋ ਮੈਨੂੰ ਲੱਗਦਾ ਕਿ ਦੇਸ਼ ਦੇ ਲੋਕਾਂ ਦੇ ਨਾਲ ਧੋਖਾ ਹੋ ਰਿਹਾ ਜੀ, ਇੰਨਾ ਤੇਲ ਮਗਰਲੇ 15 ਦਿਨਾਂ ਚ ਇੰਨੇ ਰੇਟ ਵਧਾ ਦਿੱਤੇ ਗਏ, ਡੀਜ਼ਲ ਦੀਆਂ ਕੀਮਤਾਂ ਪੈਟਰੋਲ ਦੇ ਬਰਾਬਰ ਆ ਗਈਆਂ ਕਈ ਜਗ੍ਹਾ ਤੇ। ਠੀਕ ਹੈ, ਤੁਸੀਂ ਦਿੱਲੀ ਅੱਗੇ ਸੂਬੇ ਚ ਡੀਜ਼ਲ ਮਹਿੰਗਾ ਹੋ ਗਿਆ ਪੈਟਰੋਲ ਨਾਲੋਂ, ਹਾਂਜੀ, ਆਉਣ ਵਾਲੇ ਸਮੇਂ ਦੇ ਵਿੱਚ ਮਤਲਬ ਕਿ ਜਿਹੜੀ ਖੇਤੀ ਪ੍ਰਧਾਨ ਸੂਬੇ ਹੈ ਜਾਂ ਕਿਸਾਨ ਹੈ ਉਹਨਾਂ ਤੇ ਬਹੁਤ ਜ਼ਿਆਦਾ ਭਾਰੀ ਇਹਦਾ ਬੋਝ ਪੈਣ ਵਾਲਾ ਹੈ। ਸੋ ਇਹਨਾਂ ਨੂੰ ਚਾਹੀਦਾ ਸੀ ਕਿ ਕਰੂਡ ਆਇਲ ਦੀਆਂ ਕੀਮਤਾਂ ਬਹੁਤ ਘੱਟ ਗਈਆਂ ਤੇ ਨਾਲ ਹੀ ਈਵਨ ਪਾਕਿਸਤਾਨ ਵਰਗੇ ਦੇਸ਼ ਜਿੱਥੇ ਕਿ ਅਰਥ ਵਿਵਸਥਾ ਤੈਸ਼ ਨੈਸ਼ ਹੋ ਚੁੱਕੀ, ਲੇਕਿਨ ਮੈਂ ਪੜ੍ਹਿਆ ਉਹ ਇਮਰਾਨ ਖਾਨ ਨੂੰ ਬੋਲਦਿਆਂ ਸੁਣਿਆ ਮੈਂ, ਉਹਨਾਂ ਨੇ ਤੇਲ ਦੀਆਂ ਕੀਮਤਾਂ ਦੇ ਵਿੱਚ ਕਿੰਨਾ ਮਤਲਬ ਕਿ ਉਹਨਾਂ ਨੇ ਰੇਟ ਘਟਾਏ ਨੇ। ਮੈਨੂੰ ਲੱਗਦਾ ਆਂਢੀ ਗੁਆਂਢੀ ਸੂਬੇ ਤੇ ਦੇਸ਼ਾਂ ਤੋਂ ਹੀ ਇਹਨਾਂ ਨੂੰ ਸੇਧ ਲੈ ਲੈਣੀ ਚਾਹੀਦੀ ਹੈ। ਬਿਲਕੁਲ ਲੋਕਾਂ ਦੇ ਨਾਲ ਦੁੱਖ ਹੈ, ਬਿਲਕੁਲ ਇਹ ਮੈਂ ਸਮਝਦਾ ਕਿ ਬੇਇਨਸਾਫੀ ਹਿੰਦੁਸਤਾਨ ਦੀ ਸਰਕਾਰ ਕਰ ਰਹੀ ਹੈ। ਆਖਰੀ ਕੁਐਸਚਨ, ਡਿਕਟੇਟਰਸ਼ਿਪ ਹੈਗੀ ਹੈ ਹਿੰਦੁਸਤਾਨ ਦੀ ਸਰਕਾਰ, ਜੀ, ਕੋਈ ਡੈਮੋਕ੍ਰੇਸੀ ਵਾਲੀ ਸਰਕਾਰ, ਉੱਥੇ ਤਾਂ ਡਿਕਟੇਟਰਸ਼ਿਪ, ਜੋ ਉਹਨਾਂ ਨੂੰ ਚੰਗਾ ਲੱਗਦਾ ਦੋਵਾਂ ਨੂੰ ਉਹ ਕਰ ਰਹੇ। ਇੱਕ ਪਾਸੇ ਜਿੱਥੇ ਆਮ ਆਦਮੀ ਪਾਰਟੀ ਨੇ ਸ਼ਰਾਬ ਦੇ ਠੇਕੇ ਖੋਲ੍ਹੇ ਜਾਣ 'ਤੇ ਸਖ਼ਤ ਰੁੱਖ ਅਖਤਿਆਰ ਕਰ ਲਿਆ, ਉੱਥੇ ਹੀ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਸਖ਼ਤ ਪ੍ਰਤੀਕਿਰਿਆ ਸਾਹਮਣੇ ਆਈ ਹੈ। ਰਾਜਾ ਵੜਿੰਗ ਨੇ ਨਾ ਸਿਰਫ ਸ਼ਰਾਬ ਦੇ ਮੁੱਦੇ 'ਤੇ ਆਪਣੀ ਰਾਏ ਰੱਖੀ ਹੈ, ਬਲਕਿ ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਵੀ ਕੇਂਦਰ ਸਰਕਾਰ 'ਤੇ ਸ਼ਬਦੀ ਹਮਲੇ ਕੀਤੇ ਨੇ। ਅਜਿਹੇ ਵਿੱਚ ਆਉਣ ਵਾਲੇ ਸਮੇਂ ਸਿਆਸਤਦਾਨ ਕੀ ਪ੍ਰਤੀਕਿਰਿਆ ਦਿੰਦੇ ਨੇ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਖਾਲਿਸਤਾਨ ਦੇ ਬਿਆਨ ਨੂੰ ਲੈ ਕੇ ਦਿੱਤੀ ਗਈ ਪ੍ਰਤੀਕਿਰਿਆ 'ਤੇ ਸਿਆਸਤ ਗਰਮਾਉਂਦੀ ਨਜ਼ਰ ਆ ਰਹੀ ਹੈ। ਇਸ ਨੂੰ ਲੈ ਕੇ ਜਿੱਥੇ ਹੁਣ ਦਮਦਮੀ ਟਕਸਾਲ ਦੇ ਆਗੂ ਭਾਈ ਬਲਜੀਤ ਸਿੰਘ ਦਾਦੂਵਾਲ ਵੱਲੋਂ ਨਾ ਸਿਰਫ ਸਾਂਸਦ ਰਵਨੀਤ ਬਿੱਟੂ 'ਤੇ ਤਿੱਖੇ ਸ਼ਬਦੀ ਹਮਲੇ ਕੀਤੇ ਗਏ ਹਨ, ਬਲਕਿ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਸਖ਼ਤ ਪ੍ਰਤੀਕਿਰਿਆ ਵੀ ਦਿੱਤੀ ਗਈ ਹੈ। ਜਿਸ ਦਿਨ ਤੋਂ ਸਾਕਾ ਨੀਲਾ ਤਾਰਾ ਦੀ ਬਰਸੀ ਮੌਕੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਖਾਲਿਸਤਾਨ ਨੂੰ ਲੈ ਕੇ ਬਿਆਨ ਦਿੱਤਾ ਗਿਆ, ਉਸ ਤੋਂ ਬਾਅਦ ਪੰਜਾਬ ਕਾਂਗਰਸ ਪਾਰਟੀ ਦੇ ਸਾਂਸਦ ਮੈਂਬਰ ਅਤੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਰਵਨੀਤ ਬਿੱਟੂ ਵੱਲੋਂ ਲਗਾਤਾਰ ਬਿਆਨਬਾਜ਼ੀਆਂ ਕੀਤੀਆਂ ਜਾ ਰਹੀਆਂ ਨੇ। ਬਿੱਟੂ ਵੱਲੋਂ ਨਾ ਸਿਰਫ ਗਿਆਨੀ ਹਰਪ੍ਰੀਤ ਸਿੰਘ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਗਈ ਹੈ, ਬਲਕਿ ਪੰਜਾਬੀ ਪ੍ਰਸਿੱਧ ਕਲਾਕਾਰ ਦਿਲਜੀਤ ਦੋਸਾਂਝ ਅਤੇ ਜੈਜ਼ੀ ਬੀ 'ਤੇ ਖਾਲਿਸਤਾਨ ਦੀ ਹਿਮਾਇਤ ਕਰਨ ਦੇ ਦੋਸ਼ ਲਗਾ ਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ। ਦਰਅਸਲ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇਹ ਕਿਹਾ ਗਿਆ ਸੀ ਕਿ
जेकर भारत सरकार खुद अपनी मर्जी नाल खालिस्तान देती है तो वह जरूर लैणगे। अज भी भारतीय सरकार की जिहड़ी पेशकारी है वो सिख विरोधी हुई है, जिनी पेशकारी हुण तक हो रही है ये सिख विरोधी है। जे सानू मिल जाए तो आना की भाली चार अखां। ज्ञानी हरप्रीत सिंह के इस बयान तो बाद लगातार उन्हों का विरोध होया ते इस ते ज्ञानी हरप्रीत सिंह ने अपना स्पष्टीकरण भी दिता। इस तो नाराज होकर कांग्रेस पार्टी के संसद मैंबर रवनीत सिंह बिट्टू ने सख्त प्रतिक्रिया दी। बिट्टू का कहना है कि ज्ञानी हरप्रीत सिंह खिलाफ पंजाब के हर थाने शिकायत दर्ज होनी चाहिए है। सारे देश कट्ठे रहिंदे आ। मैं कल ही एक पिक्चर पाई सी भी किवें इह कह दिंदे सिखां नूं उरे कमी आ। केरला दे विच साडी पंजाब दी लड़की ਉਹ ਡਿਪਟੀ ਕਮਿਸ਼ਨਰ ਦਾ ਉਹਨੇ IAS ਦਾ ਜਿਹੜਾ ਹੈ ਅਹੁਦਾ ਉਹਨੇ ਸਾਂਭਿਆ ਹੈ। ਕੱਲ੍ਹ ਹੀ ਸਾਡਾ ਨੌਜਵਾਨ ਲੜਕਾ ਪਾਸਿੰਗ ਆਊਟ ਪਰੇਡ NDA 'ਚ ਬੈਸਟ ਕੈਡੇਟ ਆ ਜਿਹੜਾ ਉਹ ਦੇਸ਼ ਦਾ ਬਣਿਆ ਹੈ, ਇੱਕ ਪੱਗ ਵਾਲਾ ਨੌਜਵਾਨ। ਅਤੇ ਇਸ ਕਰਕੇ ਇਹੋ ਜਿਹੇ ਗਲਤਫਹਿਮੇ ਜਥੇਦਾਰ ਸਾਹਿਬ ਇਹ ਕਹਿ ਰਹੇ ਆ ਭਾਰਤ ਦੀ ਸਰਕਾਰ ਨੇ ਇਹ ਕੀਤਾ ਇਹ ਕਰ ਰਹੀ ਹੈ ਸਾਡੇ ਨਾਲ। ਅਤੇ ਹੁਣ ਉਹ ਬਿਆਨ ਆ ਜਿਹੜਾ ਜਥੇਦਾਰ ਸਾਹਿਬ ਨੇ ਬਦਲਤਾ, ਹੁਣ ਕੋਈ ਖਾਲਿਸਤਾਨ ਤੋਂ ਇਲਾਵਾ ਹੋਰ ਕਈ ਗੱਲਾਂ ਕਰਤੀਆਂ। ਪਰ ਹੁਣ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਹਾਂ ਦਾ ਨਾਰਾ ਮਾਰਦਿਆਂ ਦਮਦਮੀ ਟਕਸਾਲ ਦੇ ਮੁੱਖ ਆਗੂ ਬਲਜੀਤ ਸਿੰਘ ਦਾਦੂਵਾਲ ਨੇ ਰਵਨੀਤ ਬਿੱਟੂ 'ਤੇ ਕਿਰੜੇ ਵਾਰ ਕੀਤੇ ਨੇ। ਦਾਦੂਵਾਲ ਦਾ ਕਹਿਣਾ ਹੈ ਕਿ ਭਾਵੇਂ ਸਰਬੱਤ ਖਾਲਸਾ ਹਰਪ੍ਰੀਤ ਸਿੰਘ ਨੂੰ ਜਥੇਦਾਰ ਨਹੀਂ ਮੰਨਦਾ, ਪਰ ਉਹਨਾਂ ਬਾਰੇ ਕੋਈ ਗੈਰ ਸਿੱਖ ਵਿਅਕਤੀ ਬੋਲੇ ਇਹ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ। इस मौके दादूवाल ने मरहूम मुख्यमंत्री बेअंत सिंह नूं भी पुच्चड़ करार दिता। सिख विरोधी मानसिकता रखण वाले रवनीत बिट्टू वालों जो कि बेअंते पुच्चड़ दा पोतर आ, जिसने सिख नौजवानों नूं बेकसूर सिख नौजवानों नूं घरां दे विच्चों कढ कढ के उन्हां दे शिकार खेडिया, उन्हां दी नसलकुशी कीती, उन्हां दे झूठे पुलिस मुकाबले बनाए गए। बेअंत सिंह पुच्चड़ दे राज वेल जिस तरह पंजाब का हसर होया वो तुहाडे सामने आ। हुण भी रवनीत बिट्टू बेअंते बुच्चड़ के नक्शे कदमों ते चलदा होया हमेशा ही सिख विरोधी मानसिकता के बयान जारी करदा। श्रोमणी गुरद्वारा प्रबंधक कमेटी श्रोमणी अकाली दल बादल वालों थापे ज्ञानी हरप्रीत सिंह नूं भावें सरबत खालसा जथेदार नहीं मनदा, पर जदों किसी सिख दे विरुद्ध कोई सिख विरोधी मानसिकता वाला बंदा इस तरह के बयान जारी करदा है कि उस सिख दे उत्ते देश ध्रोह का मुकदमा दर्ज किया जाए, इस तरह की कार्रवाई की जाए, तो उस वेले हर सिख का फर्ज बनता है कि वह सिख विरोधी मानसिकता वाले नूं जवाब देवे। दादूवाल ने कहा कि सांसद मैंबर रवनीत बिट्टू बेअंते बुच्चड़ दे नक्शे कदमों से ना चले क्योंकि पंजाब के लोग सुचेत हो चुके हैं। उन्होंने कहा कि अजिहे बयान देने तो पहला बिट्टू सोच लवे क्योंकि उसने वोटां मंगन भी जाना है। ਰਵਨੀਤ ਬਿੱਟੂ ਆਪਣੇ ਬੇਅੰਤੇ ਬੁੱਚੜ ਦਾਦੇ ਦੇ ਨਕਸ਼ੇ ਕਦਮਾਂ 'ਤੇ ਚੱਲ ਕੇ ਉਹਦਾ ਵਾਰਸ ਬਣਨ ਦੀ ਕੋਸ਼ਿਸ਼ ਕਰ ਰਿਹਾ। ਮੈਂ ਕਹਿਣਾ ਚਾਹੁੰਦਾ ਰਵਨੀਤ ਬਿੱਟੂ ਨੂੰ ਕਿ ਤੀਰੀਆਂ ਲੱਤਾਂ ਨੇ ਭਾਰ ਨਹੀਂ ਝੱਲਣਾ। ਜਿਸ ਤਰੀਕੇ ਦੇ ਤੂੰ ਬਿਆਨ ਜਾਰੀ ਕਰ ਰਿਹਾ ਹੁਣ ਮਾਹੌਲ ਬਹੁਤ ਬਦਲ ਚੁੱਕੇ ਆ, ਪੰਥ ਅਤੇ ਪੰਜਾਬ ਦੇ ਲੋਕ ਬਹੁਤ ਸੁਚੇਤ ਹੋ ਚੁੱਕੇ ਆ। ਅਤੇ ਮੈਂ ਤੈਨੂੰ ਇਹ ਵੀ ਗੱਲ ਕਹਿਣੀ ਚਾਹੁੰਦਾ ਕਿ ਜਿਹੜਾ ਗੁਰੂ ਕਾ ਸਿੱਖ ਆ ਉਹ ਨਾ ਕਦੇ ਇੰਦਰਾ ਗਾਂਧੀ ਨੂੰ ਭੁੱਲ ਸਕਦਾ ਅਤੇ ਨਾ ਬੇਅੰਤੇ ਬੁੱਚੜ ਨੂੰ ਭੁੱਲ ਸਕਦਾ ਹੈ। ਜਿਸ ਤਰ੍ਹਾਂ ਦੇ ਬਿਆਨ ਜਾਰੀ ਕਰੇਗਾ ਕਿਤੇ ਇਹ ਨਾ ਹੋਵੇ ਕਿ ਪਹਿਲਾਂ ਵੀ ਤੋਂ MP ਬਣਿਆ ਅਤੇ ਹੁਣ ਵੀ ਥੋੜ੍ਹੇ ਚਿਰਾਂ ਨੂੰ ਜਦੋਂ MP ਦੀਆਂ ਵੋਟਾਂ ਹੋਣਗੀਆਂ ਫਿਰ ਤੂੰ ਪੰਜਾਬ ਦੇ ਵਿੱਚ ਵੋਟਾਂ ਮੰਗਣ ਵਾਸਤੇ ਜਦੋਂ ਜਾਵੇਂਗਾ ਅਤੇ ਕਿਸੇ ਸਿੱਖ ਦੇ ਘਰ ਪਹੁੰਚ ਜਾਵੇਂ ਵੋਟਾਂ ਮੰਗਣ ਅਤੇ ਸਿੱਖ ਤੇਰੇ ਗੁਲਾਮੇ 'ਚ ਹੱਥ ਪਾ ਕੇ ਤੇਰਾ ਸੁਹਾਗਾ ਫੇਰ ਦੇਵੇ, ਤੇਰਾ ਘੜੀਸਾ ਪਾ ਦੇਵੇ ਉੱਥੇ, ਅਤੇ ਫਿਰ ਤੂੰ ਸਿੱਖ ਨੂੰ ਦੋਸ਼ ਦੇਵੇਂ, ਕਿਉਂਕਿ ਸਿੱਖ ਇੱਦਾਂ ਦੇ ਬਿਆਨਾਂ ਨੂੰ ਕਦੇ ਬਰਦਾਸ਼ਤ ਨਹੀਂ ਕਰਦਾ। ਕੈਪਟਨ ਅਮਰਿੰਦਰ ਸਿੰਘ ਨੂੰ ਵੀ ਮੈਂ ਕਹਿਣਾ ਚਾਹੁੰਦਾ ਕਿ ਉਹ ਆਪਣੇ ਇਸ ਕਾਂਗਰਸੀ MP ਨੂੰ ਸੰਗਲੀ ਪਾਵੇ ਜਿਹੜਾ ਇਸ ਤਰ੍ਹਾਂ ਦੇ ਬਿਆਨ ਜਾਰੀ ਕਰਦਾ। ਇੱਕ ਪਾਸੇ ਜਿੱਥੇ ਭਾਈ ਦਾਦੂਵਾਲ ਨੇ ਰਵਨੀਤ ਬਿੱਟੂ ਤੇ ਦੋਸ਼ ਲਾਏ ਨੇ, ਉੱਥੇ ਹੀ ਲੋਕ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹੋਈ ਜਿੱਤ ਦਾ ਵੀ ਖੁਲਾਸਾ ਕੀਤਾ। ਦਾਦੂਵਾਲ ਦਾ ਕਹਿਣਾ ਸੀ ਕਿ ਕਾਂਗਰਸ ਅਤੇ ਅਕਾਲੀ ਦਲ ਦੋਵੇਂ ਮਿਲੇ ਹੋਏ ਨੇ ਅਤੇ ਇੱਕ ਦੂਜੇ ਨੂੰ ਜਿਤਵਾਉਂਦੇ ਰਹਿੰਦੇ ਨੇ। ਅਜਿਹੇ ਵਿੱਚ ਦਾਦੂਵਾਲ ਵੱਲੋਂ ਲਾਏ ਗਏ ਗੰਭੀਰ ਦੋਸ਼ਾਂ ਤੇ ਪੰਜਾਬ ਦੀ ਸਿਆਸਤ ਦਾ ਮਿਜਾਜ ਆਉਣ ਵਾਲੇ ਸਮੇਂ 'ਚ ਬਦਲ ਸਕਦਾ ਹੈ। ਬਿਊਰੋ ਰਿਪੋਰਟ। ਖਬਰਾਂ ਦਾ ਸਿਲਸਿਲਾ ਇਦਾਂ ਹੀ ਜਾਰੀ ਰਹੇਗਾ, ਮਿਲਦੇ ਹਾਂ ਇੱਕ ਨਿੱਕੀ ਜਿਹੀ ਬ੍ਰੇਕ ਤੋਂ ਬਾਅਦ। ਦਿਸ ਸ਼ੋ ਇਜ਼ ਸਪੌਂਸਰਡ ਬਾਈ ਅਸ਼ੋਕਾ ਤੰਦੂਰੀ ਰੇਂਜ, ਇੰਜੋਏ ਦੀ ਇੰਡੀਅਨ ਟੇਸਟ।
दिस शो इज स्पॉन्सर्ड बाय अशोका तंदूरी रेंज एंजॉय द इंडियन टेस्ट पंजाब अंदर खुदकुशियां दे मामले लगातार वधदे जा रहे ने इस दे चलदियां ताज़ा मामला नकोदर दे पिंड कंग तो सामने आया है जिथे एक व्यक्ति अते उसके पुत्र ने परिवारक झगड़े तो तंग आके खुदकुशी कर ली इस दौरान नौजवान बच गया जदों कि उस व्यक्ति की मौत हो गई है समय का लग्या शराब कोई जां कर्मां दा है संताप कोई बाग रिश्तियां दा है पल पल सुक रहा एहसासां वाला निग है इस विचों मुक रहा एह कावी सत्रां अज दे समय दे हालातां नाल बिल्कुल ही ढुकवियां जाप रहियां हन दरअसल नकोदर तो एक अजिहा मामला सामने आया है जिस तो बाद इन्हां सत्रां नूं उस नाल मिला के देखिया जा रहा है मामला नकोदर दे पिंड कंग तो सामने आया है जिथे दे रहण वाले रावल सिंह अते अवतार सिंह ने जहरीली चीज खा के खुदकुशी कर ली जिस तो बाद जदों उन्हां नूं हस्पताल ले जाया गया तां रावल सिंह ने रस्ते विच दम तोड़ दिता जदों की अवतार सिंह चेरे इलाज है इस बारे जानकारी देंदिया परिवारक मैंबर लैंबर सिंह ने दस्या कि अवतार सिंह की पत्नी वालों रावल सिंह अते अवतार सिंह नूं तंग किया जाता सी जिस कारण तंग हो के उन्हां ने यह कदम चुके है ਲੈਂਬਰ ਸਿੰਘ ਜੀ ਕੀ ਗੱਲਬਾਤ ਹੋਈ ਆ ਗੱਲਬਾਤ ਜੀ ਇਹ ਨੌ ਦੇ ਨਾਲ ਝਗੜਾ ਰਹਿੰਦਾ ਸੀ ਇਹਨਾਂ ਦਾ ਜੀ ਨੌ ਤੰਗ ਪਰੇਸ਼ਾਨ ਕਰਦੀ ਸੀ ਦਬਾਅ ਪਾਉਂਦੀ ਸਰਕਾਰ ਦਾ ਅਤੇ ਉਹਨਾਂ ਦੇ ਨਾਲ ਫਿਰ ਇਹਨਾਂ ਲੜਤਾ ਹੈ ਇਹਨਾਂ ਪੁਲਿਸ ਤੋਂ ਉਹਨਾਂ ਡੰਡੇ ਵੀ ਮਰਵਾਏ ਰਾਤ ਨੂੰ 10 ਵਜੇ ਅਤੇ ਬਾਅਦ ਵਿੱਚ ਉਹ ਮੁੰਡੇ ਨੇ ਵੀ ਅਤੇ ਪੇ ਨੇ ਵੀ ਉਹਨਾਂ ਨੇ ਦਵਾਈ ਖਾ ਲਈ ਜੀ ਅਤੇ ਦੋਨਾਂ ਦੀ ਹਾਲਤ ਕੀ ਆ ਹਾਲਤ ਬਾਪੂ ਤਾਂ ਪੂਰਾ ਹੋ ਗਿਆ ਅਤੇ ਮੁੰਡਾ ਠੀਕ ਹੈ ਜੀ ਬਾਪੂ ਦਾ ਨਾਮ ਕੀ ਆ ਰਾਵਲ ਸਿੰਘ ਜੀ ਪਿੰਡ ਤੰਗ ਸਾਹਿਬ ਰਾਏ ਜੀ ਤਾਂ ਹੁਣ ਤੁਸੀਂ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਇੱਧਰ ਦੂਜੇ ਪਾਸੇ ਜਦੋਂ ਇਸ ਬਾਰੇ ਜਾਂਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਐਸਆਈ ਕੁਲਵੰਤ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਮਾਮਲਾ ਦਰਜ ਕਰ ਲਿਆ ਅਤੇ ਕਾਰਵਾਈ ਕੀਤੀ ਜਾ ਰਹੀ ਹੈ ਇਹ 24 ਤਰੀਕ ਨੂੰ ਸਾਡੇ ਕੋਲ ਇਨਫੋਰਮੇਸ਼ਨ ਆਈ ਸੀਗੀ ਵੀ ਰਾਵਲ ਸਿੰਘ ਤੇ ਉਹਦਾ ਲੜਕਾ ਅਵਤਾਰ ਸਿੰਘ ਇਹਨਾਂ ਨੇ ਆਪਣੀ ਨੌਂ ਤੋਂ ਤੰਗ ਹੋ ਕੇ ਇਹਨਾਂ ਨੇ ਜਹਿਰੀ ਦੀ ਦਵਾਈ ਪੀ ਲਈ ਸੀਗੀ ਉਹਦੇ ਬਾਅਦ ਫਿਰ ਅਸੀਂ ਦੋ ਦਿਨ ਬਿਆਨ ਲੈਣ ਜਾਂਦੇ ਰਹੇ ਰਾਵਲ ਸਿੰਘ ਦਾ ਹੋਸ਼ ਨਹੀਂ ਆਇਆ ਅਤੇ ਅਵਤਾਰ ਸਿੰਘ ਨੇ ਕਿਹਾ ਵੀ ਆਪਣੇ ਪਰਿਵਾਰ ਨਾਲ ਸਲਾਹ ਕਰਕੇ ਬਿਆਨ ਦੇਵਾਂਗੇ ਜਿਹਦੇ ਕੱਲ੍ਹ ਸ਼ਾਮੀ 4 ਵਜੇ ਡੈਥ ਹੋ ਗਈ ਸੀ ਅਤੇ ਸਰ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੁਣ ਫਿਰ ਇਹਨਾਂ ਦੇ ਬਿਆਨ ਦੇ ਉੱਤੇ ਅਵਤਾਰ ਸਿੰਘ ਦੇ ਬਿਆਨ 'ਤੇ ਉਹਦੀ ਪਤਨੀ ਅਤੇ ਸਹੁਰੇ ਦੇ ਖਿਲਾਫ ਕੇਸ ਰਜਿਸਟਰ ਕਰ ਦਿੱਤਾ ਸੀ ਤਕਨੀਕ ਦੇ ਇਸ ਯੁੱਗ ਵਿੱਚ ਅੱਜ ਰਿਸ਼ਤਿਆਂ ਦੀ ਡੋਰ ਬੇਹੱਦ ਪਤਲੀ ਹੁੰਦੀ ਜਾ ਰਹੀ ਹੈ आए दिन ही परिवारक कलेश तो बाद कोई ना कोई व्यक्ति खुदकुशी कर लेंदा है हुण इस मामले च भी भावें पुलिस ने मामला दर्ज कर लिया पर लोड़ है कि जो कोई भी मुलजम है उस खिलाफ सख्त कार्रवाई की जाए नकोदर तो पत्रकार पुनीत अरोड़ा की खास रिपोर्ट बीते दिन ही भारत च इन झड़प च भारत के 20 जवान शहीद हो गए सन जिन्हां विच एक मानसा जिले का रहने वाला गुरतेज भी सी जिसने चीनियां नाल लोहा लैंदिया उन्हां दा वड्डा नुकसान भी किया मानसा के रहने वाले गुरतेज के पिंड के लोग वड्डी तादाद च लुधियाणा के धांदरा रोड से स्थित शहीद भगत सिंह नगर च रहिंदे हन अते इन्हां वल्लों शहीद गुरतेज सिंह की याद च खूनदान कैंप का प्रबंध भी किया गया इस खूनदान कैंप की शुरुआत लुधियाणा तो लोक इंसाफ पार्टी के मैंबर अते मुखी सिमरजीत सिंह बैंस वल्लों करवाई गई इस दौरान उन्हां शहीद गुरतेज सिंह नूं श्रद्धांजलि देंदिया उसकी बहादुरी बारे दस्या सिमरजीत सिंह बैंस ने कहा कि ਉਹਨਾਂ ਨੂੰ ਅੱਜ ਮਾਣ ਹੈ ਕਿ ਉਹ 2% ਸਿੱਖ ਕੌਮ ਨਾਲ ਸੰਬੰਧ ਰੱਖਦੇ ਨੇ ਮਾਣ ਦੇ ਨਾਲ ਸੀਨਾ ਜੋੜਾ ਹੁੰਦਾ ਜਦੋਂ ਗੁਰਤੇਜ ਸਿੰਘ ਸ਼ਹੀਦ ਦੇ ਉਹਦੇ ਸਾਥੀ ਇੱਕ ਜਿਹੜੇ ਬੰਗਾਲੀ ਹੈਗੇ ਆ ਸਮੀਰ ਉਹਨਾਂ ਨੇ ਲਿਖਿਆ ਕਿ ਕਿਸ ਤਰੀਕੇ ਦੇ ਨਾਲ ਗੁਰਤੇਜ ਸਿੰਘ ਜਿਹੜਾ ਅੰਮ੍ਰਿਤਧਾਰੀ ਹੈਗਾ ਉਹਨੇ ਆਪਣੀ ਸਾਹਿਬੇ ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਚਿੜੀਓ ਸੇ ਮੈਂ ਬਾਜ ਲੜਾਊਂ ਗਿੱਦੜੋਂ ਕੋ ਮੈਂ ਸ਼ੇਰ ਬਣਾਊਂ 125,000 ਸੇ ਏਕ ਲੜਾਊਂ ਤਵੇ ਗੋਬਿੰਦ ਸਿੰਘ ਨਾਮ ਖਾਊਂ ਗੁਰੂ ਸਾਹਿਬ ਨੇ ਅੰਮ੍ਰਿਤ ਦੀ ਦਾਤ ਬਖਸ਼ੇ ਪੰਜਾਬ ਸੂਬੇ ਅੰਦਰ ਕੋਰੋਨਾ ਮਹਾਮਾਰੀ ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ ਇਸ ਦੇ ਚੱਲਦਿਆਂ ਇਲਾਕਿਆਂ ਨੂੰ ਸੈਨੀਟਾਈਜ਼ ਵੀ ਕੀਤਾ ਜਾ ਰਿਹਾ ਹੈ ਇਸੇ ਲੜੀ ਤਹਿਤ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਖੁਦ ਮਸ਼ੀਨ ਚਲਾ ਕੇ ਗਿੱਦੜਬਾਹਾ ਇਲਾਕੇ ਨੂੰ ਸੈਨੀਟਾਈਜ਼ ਵੀ ਕੀਤਾ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਪੂਰੀ ਗਲੀ ਮੁਹੱਲਿਆਂ ਨੂੰ ਸੈਨੀਟਾਈਜ਼ ਕੀਤਾ ਗਿਆ
ਕੋਰੋਨਾ ਮਹਾਮਾਰੀ ਦੇ ਚੱਲਦੇ ਹੁਣ ਪੰਜਾਬ ਸਰਕਾਰ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਹੈ। ਦਰਅਸਲ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਹੋਣ ਵਾਲੇ ਪੇਪਰਾਂ ਨੂੰ ਪੰਜਾਬ ਸਰਕਾਰ ਨੇ 15 ਜੁਲਾਈ ਤੱਕ ਮੁਲਤਵੀ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਯੂਨੀਵਰਸਿਟੀਆਂ ਅਤੇ ਕਾਲਜਾਂ ਦੀਆਂ ਆਖਰੀ ਕਲਾਸਾਂ ਦੇ ਪੇਪਰ ਜੁਲਾਈ ਮਹੀਨੇ ਦੀ ਸ਼ੁਰੂਆਤ 'ਚ ਹੋਣੇ ਸਨ, ਇਹਨਾਂ ਨੂੰ ਪੰਜਾਬ ਸਰਕਾਰ ਨੇ ਮੁਲਤਵੀ ਕਰ ਦਿੱਤਾ ਹੈ। ਇਸ ਦੀ ਜਾਣਕਾਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਟਵਿੱਟਰ ਹੈਂਡਲ ਰਾਹੀਂ ਦਿੱਤੀ ਹੈ। ਜਾਂਦੇ ਜਾਂਦੇ ਇੱਕ ਵਾਰੀ ਫਿਰ ਰੁਕ ਕਰਦੇ ਹਾਂ ਇਸ ਦੀਆਂ ਸੁਰਖੀਆਂ ਵੱਲ। ਮਾਸਕ ਨਾ ਪਾਉਣ ਵਾਲਿਆਂ ਤੋਂ ਮੁੱਖ ਮੰਤਰੀ ਹੋਏ ਨਾਰਾਜ਼। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੀ ਸਖ਼ਤ ਪ੍ਰਤੀਕਿਰਿਆ। ਕੋਰੋਨਾ ਦੇ ਵੱਧ ਰਹੇ ਮਾਮਲਿਆਂ ਤੇ ਪ੍ਰਗਟ ਕੀਤੀ ਚਿੰਤਾ। ਗਿੱਦੜਬਾਜ਼ ਮੁਕੰਮਲ ਬੰਦ ਦੌਰਾਨ ਵੀ ਖੁੱਲ੍ਹੇ ਸ਼ਰਾਬ ਦੇ ਠੇਕੇ। ਅਮਨ ਅਰੋੜਾ ਨੇ ਪੰਜਾਬ ਸਰਕਾਰ ਤੇ ਦਿੱਤੀ ਸਖ਼ਤ ਪ੍ਰਤੀਕਿਰਿਆ। ਅਮਰਿੰਦਰ ਰਾਜਾ ਵੜਿੰਗ ਨੇ ਵੀ ਕੇਂਦਰ ਸਰਕਾਰ ਤੇ ਕੀਤੇ ਸ਼ਬਦੀ ਵਾਰ। ਰਵਨੀਤ ਬਿੱਟੂ ਦੇ ਪੜਕੇ ਭਾਈ ਬਲਜੀਤ ਸਿੰਘ ਦਾਦੂਵਾਲ। ਦਾਦੂਵਾਲ ਨੇ ਬਿੱਟੂ ਨੂੰ ਦਿੱਤਾ ਮੋੜਵਾਂ ਜਵਾਬ, ਕਿਹਾ ਕਿਸੇ ਸਿੱਖ ਖਿਲਾਫ਼ ਕੋਈ ਗੈਰ ਸਿੱਖ ਬੋਲੇ ਕਦੀ ਨਹੀਂ ਕਰਾਂਗੇ ਬਰਦਾਸ਼ਤ। ਪਿਓ ਪੁੱਤ ਨੇ ਪਰਿਵਾਰਕ ਕਲੇਸ਼ ਤੋਂ ਤੰਗ ਆ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼। ਜ਼ਹਿਰੀਲੀ ਚੀਜ਼ ਖਾਣ ਨਾਲ ਪਿਓ ਦੀ ਮੌਤ, ਪੁੱਤ ਜੇਰੇ ਇਲਾਜ। ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ। ਪੰਜਾਬ ਸਰਕਾਰ ਨੇ 15 ਜੁਲਾਈ ਤੱਕ ਪ੍ਰੀਖਿਆਵਾਂ ਕੀਤੀਆਂ ਮੁਲਤਵੀ। ਅੱਜ ਦੇ ਬੁਲੇਟਿਨ ਦੇ ਵਿੱਚ ਇੰਨਾ ਹੀ, ਮੈਨੂੰ ਦਿਓ ਇਜਾਜ਼ਤ, ਸਤਿ ਸ੍ਰੀ ਅਕਾਲ। ਦਿਸ ਸ਼ੋਅ ਇਜ਼ ਸਪੌਂਸਰਡ ਬਾਈ ਅਸ਼ੋਕਾ ਤੰਦੂਰੀ ਰੇਂਜ। ਇੰਜੋਏ ਦਿ ਇੰਡੀਅਨ ਟੇਸਟ।